ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਯੂਟਿਊਬ ਚੈਨਲ ਕਿਸਾਨ ਪਸ਼ੂ ਪਾਲਕ 'ਤੇ। ਮੈਂ ਤੁਹਾਡਾ ਆਪਣਾ ਗੁਰੀ। ਜਿਹੜੇ ਭਰਾ ਚੈਨਲ 'ਤੇ ਪਹਿਲੀ ਵਾਰ ਆਏ ਨੇ, ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਨਾਲ ਲੱਗਿਆ ਘੰਟੀ ਦਾ ਬਟਨ ਦਬਾਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਜਿਹੜੇ ਵੀਰ ਆਪਣੇ ਨਾਲ ਫੇਸਬੁੱਕ 'ਤੇ ਐਡ ਹੋਣਾ ਚਾਹੁੰਦੇ ਨੇ, ਕਿਸਾਨ ਪਸ਼ੂ ਪਾਲਕ ਦੇ ਨਾਮ 'ਤੇ ਫੇਸਬੁੱਕ 'ਤੇ ਦੋਸਤੋ ਆਪਣਾ ਪੇਜ ਬਣਿਆ ਹੋਇਆ, ਪੇਜ ਨੂੰ ਲਾਈਕ ਕਰੋ, ਫੋਲੋ ਕਰੋ। ਅੱਜ ਆਪਾਂ ਪਹੁੰਚੇ ਸੀ ਦੋਸਤੋ ਮਾਨਸਾ ਮੰਡੀ 'ਤੇ, ਕਿਉਂਕਿ ਇਹ ਮੰਡੀ ਹਰ ਸ਼ੁੱਕਰਵਾਰ ਨੂੰ ਰਮਦਿੱਤੇ ਵਾਲੀਆਂ ਕੈਂਚੀਆਂ ਨੇ ਜਿਹੜੀਆਂ ਉਹਦੇ ਨਾਲ ਵਾਲੇ ਗਰਾਊਂਡ ਦੇ ਵਿੱਚ ਭਰਦੀ ਆ। ਦੋਸਤੋ ਆਪਾਂ ਮੱਝਾਂ ਦੀ ਕਵਰੇਜ ਕਰਨ ਪਹੁੰਚੇ ਸੀ, ਇੱਥੇ ਆਪਾਂ ਨੂੰ ਬਾਈ ਇੱਕ ਜੁਗਨੂ ਖਾਨ ਮਿਲਿਆ, ਦਲਾਲੀ ਦਾ ਕੰਮ ਕਰਦਾ ਬਾਈ, ਅਦਰ ਸਟੇਟ ਜਾਨਵਰ ਭੇਜਦਾ ਬਿਲਕੁਲ। ਬਾਈ ਕਹਿੰਦਾ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੇ, ਆਪਾਂ ਇੱਕ ਨੰਬਰ ਦਾ ਕੰਮ ਕਰਦੇ ਹਾਂ। 3 ਮੱਝਾਂ ਬਾਈ ਜੁਗਨੂ ਨੇ ਯੂਪੀ ਮਥੁਰਾ ਭੇਜਣੀਆਂ ਨੇ, ਇਹਨਾਂ ਨੂੰ ਖਰੀਦ ਕੇ ਦੇਤੀਆਂ। ਬਾਕੀ ਹਾਂ, ਜਿਹੜੇ ਸਾਹਮਣੇ ਵੀਡੀਓ 'ਚ ਗਾਹਕ ਨਜ਼ਰ ਆ ਰਹੇ ਨੇ ਅੰਕਲ ਜੀ, ਜਿਨ੍ਹਾਂ ਨੇ ਮੱਝਾਂ ਖਰੀਦੀਆਂ ਨੇ, ਅਤੇ ਨਾਲ ਬਾਈ ਜੁਗਨੂ ਨਾਲ ਵੀ ਅੰਕਲ ਜੀ ਨਾਲ ਗੱਲਬਾਤ ਕਰਾਉਂਦੇ ਹਾਂ। ਨਮਸਤੇ ਅੰਕਲ ਜੀ, ਮੇਰਾ ਨਾਮ ਓਮ ਪ੍ਰਕਾਸ਼ ਹੈ, ਮੈਂ ਮਥੁਰਾ ਕਾ ਰਹਿਣੇ ਵਾਲਾ ਹੂੰ, ਯਹਾਂ ਸੇ ਬੈਂਸ ਖਰੀਦ ਕੇ ਲੈ ਜਾਤਾ ਹੂੰ। ਮਾਨਸਾ ਮੰਡੀ, ਮਾਨਸਾ ਮੰਡੀ ਸੇ ਡੇਰੀ ਕੇ ਵਾਸਤੇ, ਡੇਰੀ ਕੇ ਵਾਸਤੇ ਖਰੀਦ ਕੇ ਲੈ ਕੇ ਜਾਣਾ ਜੀ। ਕਿੰਨੀ ਵਾਰ ਆ ਕੇ ਮੰਡੀ ਦੇ ਤੂੰ ਪਹਿਲਾਂ? ਮੈਂ ਕਈ ਵਾਰ ਆ ਚੁੱਕਾ ਹੂੰ। ਕਈ ਵਾਰ ਆ ਗਏ, ਕਦੇ ਜਾਨਵਰ ਕੋਈ ਖੋਟਾ ਤਾਂ ਨਹੀਂ ਨਿਕਲਿਆ ਮਾਨਸਾ ਮੰਡੀ ਤੋਂ ਲਿਆ ਹੋਇਆ? ਨਹੀਂ, ਮੇਰਾ ਤਾਂ ਨਹੀਂ ਨਿਕਲਿਆ। ਠੀਕ ਹੈ ਜੀ। ਔਰ ਕਦੀ ਕੋਈ ਪੱਲੇ ਕਪੜ ਜਾ ਉਹ ਬਾਤ ਅਲੱਗ। ਨਹੀਂ ਨਹੀਂ, ਤੁਹਾਡੇ ਜਾਨਵਰ ਵਧੀਆ ਸਾਫ਼ ਅਤੇ ਚੰਗੇ ਨਿਕਲੇ ਨੇ। ਸਾਫ਼ ਚੰਗੇ ਨਿਕਲੇ। ਠੀਕ ਹੈ ਬਾਈ, ਆਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਜੁਗਨੂ ਖਾਨ ਹੈ ਜੀ। ਜੁਗਨੂ ਖਾਨ? ਹਾਂਜੀ, ਖੜ ਜਾਓ ਨਾਲ ਹੀ ਖੜ ਜਾਓ। ਅੱਛਾ, ਤੁਹਾਡਾ ਦਲਾਲੀ ਦਾ ਕੰਮ ਹੈ? ਹਾਂਜੀ ਹਾਂ, ਵਿਕੀਆਂ ਹੋਈਆਂ ਵੀਰੇ, ਲਈਆਂ ਹੋਈਆਂ ਆਗਰੇ ਖਾਤਰ। ਤੁਹਾਡਾ ਦਲਾਲੀ ਦਾ ਕੰਮ ਹੈ? ਹਾਂਜੀ 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 ਹਾਂਜੀ। ਠੀਕ ਹੈ, ਅਦਰ ਸਟੇਟ ਦੇ ਬਾਹਰਾਂ ਨੂੰ ਤੁਸੀਂ ਅਵੇਲੇਬਲ ਕਰਾਉਂਦੇ ਹੋ? ਹਾਂਜੀ 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 ਹਾਂਜੀ। ਇਹ ਅੰਕਲ ਜੀ ਨੂੰ ਅੱਜ ਤੁਸੀਂ ਕਿੰਨੀਆਂ ਮੱਝਾਂ ਲੈ ਕੇ ਦਿੱਤੀਆਂ ਨੇ? ਇਹਨਾਂ ਨੂੰ ਅੱਜ ਤੱਕ 3 ਲੈਤੀਆਂ ਜੀ। ਠੀਕ ਹੈ ਜੀ, ਅਸੀਂ ਹੋਰ ਖਰੀਦਣੀ ਹੈ, ਔਰ ਦੋ ਗਾਡੀ ਕਰਨੀ ਹੈ। ਦੋ ਗੱਡੀ ਭਰਨੀ ਹੈ? ਹਾਂਜੀ ਹਾਂਜੀ, ਇਹ ਮੇਰੇ ਉਸਤਾਦ ਜੀ ਵੀ ਨੇ। ਠੀਕ ਹੈ ਜੀ, ਅਤੇ ਮੇਰੇ ਗਾਹਕ ਵੀ ਨੇ। ਠੀਕ ਹੈ ਜੀ, ਠੀਕ ਹੈ। ਤੁਹਾਡੇ ਨਾਲ ਇਹਨਾਂ ਦਾ ਰਾਬਤਾ ਕਿਵੇਂ ਬਣਿਆ ਜੀ ਜੁਗਨੂ ਜੀ ਨਾਲ? ਇਨਕਾ 3000 ਰੁਪਏ ਹੋ ਗਿਆ। ਨਹੀਂ, ਕੰਟੈਕਟ ਕਿਵੇਂ ਹੋਇਆ ਤੁਹਾਡਾ ਆਪਸ 'ਚ? ਇਹ ਮੰਡੀ ਵਿੱਚ ਜਾਣ ਪਛਾਣ ਕਿਵੇਂ ਹੋਈ? ਮੰਡੀ ਵਿੱਚ ਹੋ ਗਿਆ। ਅੱਛਾ, ਇੱਥੇ ਤੁਸੀਂ ਮਾਨਸਾ ਮੰਡੀ ਤੇ ਆਏ ਤੇ ਬਾਈ ਤੁਹਾਨੂੰ ਉੱਥੇ ਹੀ ਮਿਲਿਆ? ਜੀ ਬਿਲਕੁਲ। ਜੈਨੂਅਨ ਜਾਨਵਰ ਦਵਾਉਂਦਾ? ਹਾਂ, ਬੜੀਆ। ਕੋਈ ਰੇਟ ਦੇ ਪਿੱਛੇ ਤਾਂ ਨਹੀਂ ਕੋਈ ਮਸਾਲਾ ਦਵਾਉਂਦਾ ਨਾਲ? ਨਹੀਂ ਨਹੀਂ। ਕੋਈ ਹੱਥ ਹੁੱਥ ਦੱਬ ਲੈਂਦੇ ਨੇ ਮੈਂ ਸੁਣਿਆ ਇਹ? ਨਹੀਂ ਨਹੀਂ, ਕੋਈ ਵਪਾਰੀ ਦਾ ਨਹੀਂ। ਫਿਰ ਹਮਾਰੇ ਉੱਤੇ ਕਹਿੰਦੇ ਕੱਪੜਾ ਜਿਹਾ ਪਾ ਕੇ ਹੱਥ ਤੇ ਨਾ, ਇਹ ਹੱਥ ਜਿਹਾ ਫੜ ਕੇ ਦੱਬ ਲੈਂਦੇ ਨੇ? ਨਹੀਂ, ਹੱਥ ਕੱਪੜੇ ਦੇ ਅੰਦਰ ਲੈ ਕੇ ਸੌਦਾ ਕਰਦੇ ਆ। ਸੌਦਾ ਕਰਦੇ ਨੇ? ਤੁਸੀਂ ਉਹ ਮੰਤਰ ਤੋਂ ਜਾਣੂ ਹੋ? ਇਹ ਮੰਤਰ ਤੋਂ ਜਾਣੂ ਜਾਣਦੇ? ਅੱਛਾ, ਪਤਾ ਤੁਹਾਨੂੰ ਵੀ ਕਿਹੜੀਆਂ ਉਂਗਲੀਆਂ ਜਾਂ ਕਿਹੜੇ ਹੱਥ ਨਾਲ ਕਿੰਨੀਆਂ ਦੱਬ ਕੇ ਕਿੰਨੇ ਰੁਪਏ ਲੱਗਦੇ ਨੇ? 5 ਦਵਾਈ ਤੋਂ 5 50,000 ਹੋ ਗਏ। 50,000 ਹੋ ਗਿਆ? 2 ਦਵਾਦੀ ਤੋਂ 70 ਹੋ ਗਏ। ਠੀਕ ਹੈ ਜੀ, ਔਰ ਪੂਰਾ ਦਵਾਦੀ ਤੋਂ 1,00,000 ਹੋ ਗਿਆ। ਅੱਛਾ ਜੀ, ਬਾਕੀ ਤੁਹਾਨੂੰ ਇਹਨਾਂ ਦੇ ਮੰਤਰਾਂ ਬਾਰੇ ਜਾਣਕਾਰੀ ਹੈ? ਜੀ, ਕਈ ਵਾਰ ਨਾ ਕਈ ਦਲਾਲਾਂ ਦੀ ਇਹ ਸ਼ਿਕਾਇਤ ਮਿਲਦੀ ਆ ਬਾਈ, ਕਹਿੰਦੇ ਨਾ ਉਹ ਆਮ ਬੰਦੇ ਨੂੰ ਨਾ ਕਹਿੰਦੇ ਉੱਤੇ ਕੱਪੜਾ ਜਾ ਪਾ ਕੇ ਹੱਥ ਜੇ ਦੱਬੀ ਜਾਂਦੇ ਨੇ, ਘਰੇਲੂ ਬੰਦੇ ਨੂੰ ਨਾ ਕਹਿੰਦੇ ਪਤਾ ਨਹੀਂ ਲੱਗਦਾ। ਕਹਿ ਕੇ 1,000 ਰੁਪਏ ਲੈਣੇ ਆ, ਕਿਉਂ ਅੰਕਲ ਜੀ? ਠੀਕ ਹੈ ਜੀ, ਕਹਿ ਕੇ 1,000 ਰੁਪਏ ਦਲਾਲੀ ਦਾ ਲੱਗਦਾ। ਹਾਂਜੀ, ਮਹਾ ਕਈ ਵਾਰੀ ਨਾ ਕੱਪੜੇ ਦੇ ਅੰਦਰ ਹੱਥ ਜਾਂ ਦੱਬ ਲੈਂਦੇ ਨੇ ਆਮ ਬੰਦੇ ਨੂੰ, ਫਿਰ ਉਹਦਾ ਪਤਾ ਨਹੀਂ ਲੱਗਦਾ। ਨਹੀਂ ਨਹੀਂ ਨਹੀਂ, ਇਹੋ ਜਿਹਾ ਨਹੀਂ ਹੋਊਗਾ ਜੀ। ਬਾਈ ਜੀ, ਇਹ ਕੀ ਗੱਲ ਹੁੰਦੀ ਆ ਵੀ ਸਾਹਮਣੇ ਤੁਸੀਂ ਕਿਉਂ ਨਹੀਂ ਦੱਸਦੇ ਵੀ ਇਹ ਮੱਝ ਦੇ ਇੰਨੇ ਦੀ ਹੋ ਗਈ, ਇੰਨੇ ਦੀ ਹੋ ਗਈ? ਇਹ ਪਰਦਾ ਹੁੰਦਾ ਜੀ, ਜੇ ਹੁਣ ਸਾਡਾ ਸੌਦਾ ਹੋਈ ਜਾਂਦਾ, ਹਾਂਜੀ, ਕੋਈ ਉਹੀ ਸੌਦੇ ਦੇ ਵਿੱਚ ਸਾਡਾ ਕੋਈ 1,000-2,000 ਦਾ ਫਰਕ ਹੁੰਦਾ, ਹੋਰ ਕੋਈ ਲੈ ਲੈਂਦਾ ਬਸ। ਅੱਛਾ, ਵੀ ਸੌਦਾ ਸੌਦਾ ਤੋੜ ਕੇ ਵੀ ਸੌਦਾ ਤੋੜਿਆ ਹੋਇਆ ਸੌਦਾ ਕੋਈ ਹੋਰ ਨਾ ਲੈ ਜੇ, ਇਸੇ ਗੱਲ ਕਰਕੇ ਕੱਪੜਾ ਜਿਹਾ ਪਾ ਕੇ ਪਰਦੇ ਨਾ ਕਰ ਦਿਓ ਕੰਮ, ਬਸ ਇਹੀ ਫਰਕ ਹੁੰਦਾ, ਹੋਰ ਫਰਕ ਨਹੀਂ। ਅੱਛਾ, ਹੋਰ ਇਹਦੇ ਚ ਕੋਈ ਚੱਕਰ ਜੀ ਦੇ 30 ਸਾਲ ਪੁਰਾਣੇ? ਅੱਛਾ, ਗਾਹਕ ਨੇ ਜੀ। ਅੱਛਾ ਜੀ, 30 ਸਾਲ ਪੁਰਾਣੇ ਗਾਹਕ ਨੇ? ਹਾਂ ਜੀ ਹਾਂ। ਉਧਰੋਂ ਜੀ, ਉਧਰ ਤੁਹਾਡੇ ਯੂਪੀ ਦੇ ਵਿੱਚ ਵੀ ਇਹਨਾਂ ਦੀਆਂ ਮੱਝਾਂ ਮਿਲਦੀਆਂ ਨੇ? ਇਹ ਮੇਰੇ ਉਸਤਾਦ ਜੀ ਨੇ ਜੀ।
यूपी ले जाते हैं। नहीं उधर भी लगती है मंडी? हाँ उधर भी मंडियाँ लगती हैं, लेकिन इधर का माल बढ़िया निकलता है। इधर का माल बढ़िया निकलता जी। उधर की भैंस कितना दूध देती है? उधर की भैंस दूध बहुत देती है। अच्छा। लेकिन 2 महीने देती है, सिर्फ 2 महीने सुने ब्याने के बाद? हाँ फिर कम हो जाती है, कम हो जाती है। और ये भैंस 6-7 महीने दूध देती है। अच्छा पंजाब वाली भैंस सुनो चंगी लगती है जी। हरियाणा जो भैंस नहीं ली कदे? हरियाणा से भी ली है। हरियाणा जो भी ले जाने जी, हूँ ज्यादातर पंजाब तो लेने? पंजाब से लेते। क्यों मैं पंजाब च तुसी क्यों आने लगे हरियाणा छड़ के? यहाँ की भैंस सील है, ठंडी है। रेट का कितना फर्क है पंजाब से हरियाणा का? पंजाब से हरियाणा का 10,000 का फर्क। 10,000 जी कम से कम जी। उधर तो नहीं कदे कोई लगी ठगी फिर हरियाणा के विच? नहीं फिर ठगी हमको दिखी तो हम इधर ही आ गए। अच्छा जी उधर सोनू लग्या शंका भी उधर ठगी होंगी है जी, भी दलाल कर जाते हैं कई बार भी बिचों जिमें 5,000 धर लिया 10,000 धर लिया, इसे करके तुसी पंजाब आने लगे जी। हाँ अपना कॉन्टैक्ट नंबर बोलो। मेरा लिखो 96 34 हाँ जी 14 हाँ जी 56 56 50 ठीक है। इन्हों का भाई जी का अपना नाम दसो एक बार। ओम प्रकाश। ओम प्रकाश ये ओम प्रकाश का नंबर है दोस्तों। यूपी मथुरा इन्हों को मइया जाने ये असं पहला हरियाणा जो भी मइया खरीदते रहे हाँ कहते भी उत्थे सानू थोड़ी जी ठगी की गुंजाइश लगी भी इस करके हरियाणा छड़ के पंजाब आए तो भाई जुगनू खान इन्हों का संपर्क बनता तो भाई इन्हों बिल्कुल जेन्यून सौदा दवा कदे कहना ठगी का मौका नहीं दिता जुगन अपना नंबर बोल दे 97-8000 जी 73-72 7322 एक बार फिर 97-8000 73-72 ਠੀਕ ਆ ਬਾਈ ਜੇ ਕਿਸੇ ਅਦਰ ਸਟੇਟ ਦੇ ਬੰਦੇ ਕਈ ਵਾਰੀ ਮੈਨੂੰ ਲੱਗ ਜਾਂਦੇ ਨੇ ਚੈਨਲ ਤੋਂ ਨੰਬਰ ਚੱਕ ਕੇ ਫੋਨ ਕਰਨਾ ਉਹ ਬਾਈ ਸਾਰੇ ਜੁਗਨੂ ਨੂੰ ਫੋਨ ਕਰ ਲਿਆ ਕਰਨਾ ਮਾਨਸਾ ਮੰਡੀ 'ਚ ਮਿਲਦਾ ਜੁਗਨੂੰ ਮਾਨਸਾ ਮੰਡੀ ਤੋਂ ਮਾਲ ਦਵਾਉਣਾ ਘੁਰਾਂ ਪਰਾਂ ਤੋਂ ਵੀ ਦਵਾ ਦੇਣਾ ਸਾਰੀਆਂ ਮੰਡੀਆਂ ਤੋਂ ਦਵਾਉਣਾ ਜੀ ਕਿਹੜੀ ਕਿਹੜੀ ਮੰਡੀ ਜਾਣਾ ਮਾਨਸਾ ਰਾਮਪੁਰਾ ਡੱਬਾ ਵਾਲੀ ਤਕਰੀਬਨ ਤੂੰ ਸਾਰੀ ਮੰਡੀਆਂ ਜਾਂਦਾ ਨੇੜੇ ਨੇੜੇ ਹਾਂਜੀ ਹਾਂਜੀ ਕਦੇ ਸ਼ਿਕਾਇਤ ਦਾ ਮੌਕਾ ਨਾ ਦਿਓ ਸ਼ਿਕਾਇਤ ਦਾ ਮੌਕਾ ਤੁਹਾਡੇ ਕੋਲੇ ਗਾਹਕ ਦੱਸ ਕੇ ਗਿਆ ਜੀ ਹਾਂ ਦੇਖ ਆਪਾਂ ਨੇ ਬਾਈ ਤੋਂ ਜੁਗਨੂ ਤੋਂ ਵਾਅਦਾ ਲੈ ਕੇ ਵੀਡੀਓ ਬਣਾਈ ਆਪਣੇ ਚੈਨਲ ਤੇ ਬਾਈ ਕਹਿੰਦਾ ਮੈਂ 1 ਨੰਬਰ ਦਾ ਸੱਚਾ ਕੰਮ ਕਰੂੰਗਾ ਬਸ ਉਹ ਹੱਥ ਜਾਣਾ ਬਾਈ ਬਣ ਕੇ ਦੱਬਿਆ ਕਰੋ ਹਨਾ ਜਦੋਂ ਕੋਈ ਘਰੇਲੂ ਬੰਦਾ ਮਹਿਸ ਲੈਂਦਾ ਨਾ ਕੋਈ ਜ਼ਿਮੀਦਾਰ ਭਾਈ ਮਹਿਸ ਲੈਣ ਆਉਂਦਾ ਉਦੋਂ ਤਾਂ ਉਹਦੇ ਸਾਹਮਣੇ ਦੱਸਿਆ ਨਹੀਂ ਪਤਾ ਕੀ ਗੱਲ ਆਈ ਫਿਰ ਦੂਜਾ ਬੰਦਾ ਖਰੀਦ ਲੈਂਦਾ ਅੱਛਾ ਸੌਦਾ ਜਦੋਂ ਤੁਸੀਂ ਤੋੜ ਕੇ ਰਹਿ ਜਾਣਾ 1,000-2,000 ਦੇ ਡਿਫਰੈਂਸ ਨਾਲ ਦੂਜਾ ਬੰਦਾ ਅੱਛਾ ਬੰਦੇ ਵੀ ਨੇੜ ਤੇੜੀ ਘੁੰਮਦੇ ਹੁੰਦੇ ਨੇ ਇਹ ਅੱਗੇ ਪਿੱਛੇ ਹੀ ਹੁੰਦੇ ਹੈਗੇ ਅੱਛਾ ਨਾਲ ਹੀ ਰਹਿੰਦੇ ਨੇ ਵੀ ਜੇ ਇਹਨਾਂ ਤੋਂ ਸੌਦਾ ਨਾ ਬਣਿਆ ਮੈਂ ਸਾਪਾ ਲੈ ਅਸੀਂ ਚੱਕ ਲਾਂਗੇ ਅੱਛਾ ਤਕਰੀਬਨ ਬਾਈ ਹਰੇਕ ਮੰਡੀ ਤੋਂ ਜਾਨਵਰ ਦਵਾ ਦਿਆ ਕਰੂਗਾ ਜਿਹੜੇ ਵੀਰ ਨੇ ਜਾਨਵਰ ਲੈਣਾ ਬਾਈ ਇੱਕ ਵਾਰੀ ਆਪਣਾ ਨੰਬਰ ਫਿਰ ਬੋਲ 97-8000 ਜੀ 73 ਬਾਈ ਅੱਛਾ ਖਾਸ ਤੁਸੀਂ ਮਾਨਸਾ ਹੀ ਰਹਿਣੇ ਹੋ ਮਾਨਸਾ ਹੀ ਰਹਿਣੇ ਠੀਕ ਹੈ ਬਾਈ ਨੂੰ ਤੁਸੀਂ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਦੋਸਤੋ ਅਦਰ ਸਟੇਟ ਵਾਲੇ ਵੀਰਾਂ ਨੇ ਮੱਝਾਂ ਲੈਣੀਆਂ ਜਿਨ੍ਹਾਂ ਨੇ ਅਦਰ ਸਟੇਟ ਵਾਲਿਆਂ ਤੋਂ ਬਾਈ 1,000 ਰੁਪਇਆ ਦਲਾਲੀ ਕਹਿ ਕੇ ਲੈਂਦਾ ਹਾਂਜੀ ਕਹਿ ਕੇ ਲੈਣਾ ਤੁਹਾਡੇ ਸਾਹਮਣੇ ਆਪ ਕਹਿ ਕੇ ਗਿਆ 3 ਵੈਸੋ ਕੀ 3,000 3,000 ਦੋ ਗਾੜੀ ਲੈਣੀਆਂ ਠੀਕ ਹੈ ਜੀ ਠੀਕ ਹੈ ਬਾਈ ਨੇ ਬਹੁਤ ਜੈਨੂਅਨ ਰੇਟਾਂ 'ਚ ਮੱਝਾਂ ਦਵਾਈਆਂ ਨੇ ਦੋਸਤੋ ਦਿਖਾ ਦੇਣਾ ਬਹੁਤ ਸੋਹਣੀ ਮੱਝ ਹੈ ਕੁੰਡੇ ਸਿੰਘਾਂ 'ਚ ਬਿਲਕੁਲ ਤਾਜ਼ੀ ਸੁਜੀ ਆ ਜੁਗਨੂੰ ਇਹ ਮੱਝ ਕਿੰਨੇ ਰੁਪਈਆਂ ਦੀ ਦਵਾਤੀ ਤਾਂ ਜਿਹੜੀ ਸਾਹਮਣੇ ਕੈਮਰੇ 'ਚ ਹੈ 1 ਨੰਬਰ ਬੈਠੀ ਹੈ ਹਾਂ 85,000 ਰੁਪਈਏ ਦੀ 85 ਦੀ ਕਿੰਨਵੇਂ ਸੂਏ ਆ ਇਹ ਤੀਜੇ ਆ ਜੀ ਤੀਜੇ ਸੂਏ ਆਹ ਮੱਝ ਕਿੰਨਵੇਂ ਸੂਏ ਆ ਇਹ ਦੂਜੇ ਆ ਜੀ ਇਹ ਕਿੰਨੇ ਦੀ ਦਵਾਤੀ ਫਿਰ 60,000 ਦੀ 60,000 ਦੀ ਆਹਾ ਇਹ ਵੀ ਦੂਜੇ ਹੀ ਆ ਜੀ ਅੱਛਾ ਇਹ 75,000 ਰੁਪਈਏ ਦੀ 75 ਦੀ ਸਿਰ ਜਾ ਕਿਵੇਂ ਮਾਰਦੀ ਆ ਜੁਗਨੂੰ ਟੱਕਰ ਤਾਂ ਨਹੀਂ ਮਾਰਦੀ ਘੂਰਦੀ ਆ ਜੀ ਹੈ ਘੂਰਦੀ ਆ ਵੀ ਇਹ ਕੀ ਕਰੀ ਜਾਂਦੇ ਨੇ ਅੱਛਾ ਕੈਮਰੇ ਤੋਂ ਡਰਦੀ ਆ ਹਾਂ ਕੈਮਰੇ ਤੋਂ ਡਰਦੀ ਆ ਠੀਕ ਹੈ ਦੋਸਤੋ ਜੁਗਨੂੰ ਤੇਰਾ ਧੰਨਵਾਦ ਬਾਈ ਵੀਡੀਓ 'ਚ ਆਉਣ ਵਾਸਤੇ ਅਤੇ ਬਾਕੀ 1 ਨੰਬਰ ਦਾ ਕੰਮ ਕਰਦਾ ਰਹੇਗਾ ਹਮੇਸ਼ਾ ਬਾਹਰ ਦੇ ਜਿਹੜੇ ਬਾਹਰ ਆਉਂਦੇ ਨੇ ਉਹਨਾਂ ਦਾ ਵਿਸ਼ਵਾਸ ਬਣਾ ਕੇ ਰੱਖੇਗਾ ਠੀਕ ਹੈ ਬਾਈ ਪੰਜਾਬ ਦੇ ਨਾਂ ਨੂੰ ਦਾਗ ਨਾ ਲਾਉਣਾ ਨਹੀਂ ਸਤਿ ਸ਼੍ਰੀ ਅਕਾਲ ਓਕੇ ਬਾਈ ਜੀ ਵੀਡੀਓ ਮੈਂ ਤੁਹਾਡੇ ਪੁੱਤਰੀ ਦੇ ਬਾਰੇ ਮੇਰਾ ਵੀਡੀਓ ਐਂਡ ਤੱਕ ਦੇਖਣ ਵਾਸਤੇ ਸਾਰੇ ਦੋਸਤਾਂ ਦਾ ਧੰਨਵਾਦ।